ਟੋਲ ਪਲਾਜ਼ਾ ਤੇ ਕੰਮ ਕਰਦੇ ਨੌਜਵਾਨ ਨੂੰ ਟਰੱਕ ਵਾਲੇ ਨੇ ਦਰੜ ਦਿੱਤਾ ਤੇ ਫਰਾਰ ਹੋ ਗਿਆ। ਇਹ ਖੌਫਨਾਕ ਮੰਜ਼ਰ ਟੋਲ ਪਲਾਜ਼ਾ ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਟਰੱਕ ਟੋਲ ਪਲਾਜ਼ਾ ਤੇ ਖੜਾ ਹੁੰਦਾ ਹੈ ਤੇ ਟਰੱਕ ਦੇ ਅੱਗੋਂ ਦੀ ਇਹ ਨੌਜਵਾਨ ਟਰੱਕ ਨੂੰ ਕ੍ਰੋਸ ਕਰ ਰਿਹਾ ਹੁੰਦਾ ਹੈ ਤੇ ਇੰਨੇ 'ਚ ਹੀ ਟਰੱਕ ਡਰਾਈਵਰ ਬਿਨਾਂ ਟੋਲ ਕਟਵਾਏ ਅੱਗੇ ਵੱਲ ਨੂੰ ਵੱਧ ਜਾਂਦਾ ਹੈ ਤੇ ਇਸ ਨੌਜਵਾਨ ਨੂੰ ਦੇਖਦੇ ਹੀ ਦੇਖਦੇ ਦਰੜ ਦਿੰਦਾ ਹੈ ਤੇ ਟਰੱਕ ਨੂੰ ਰੋਕਦਾ ਵੀ ਨਹੀਂ। ਦਰਅਸਲ ਇਹ ਸਾਰਾ ਮਾਮਲਾ ਕਿਉਂ ਤੇ ਕਿਵੇਂ ਵਾਪਰਿਆ ਇਹ ਵੀ ਦੱਸਦਿਆਂ, ਦੇਰ ਰਾਤ ਫਗਵਾੜਾ ਦੇ ਵੱਲੋਂ ਆ ਰਿਹਾ ਇਹ ਟਰੱਕ ਚਾਲਕ ਟੋਲ ਨਹੀਂ ਦੇਣਾ ਚਾਹੁੰਦਾ ਸੀ ਤੇ ਟੋਲ ਕਰਮਚਾਰੀਆਂ ਦੇ ਨਾਲ ਇਸ ਟਰੱਕ ਚਾਲਕ ਦੀ ਤੂ ਤੂ ਮੈਂ ਮੈਂ ਵੀ ਹੋ ਜਾਂਦੀ ਹੈ ਤੇ ਟੋਲ ਤੇ ਕੰਮ ਕਰ ਰਿਹਾ ਇਹ ਨੌਜਵਾਨ ਜਦੋਂ ਟਰੱਕ ਦੇ ਅੱਗੇ ਆ ਕੇ ਟਰੱਕ ਵਾਲੇ ਨਾਲ ਗੱਲ ਕਰਨ ਲੱਗਾ ਤਾਂ ਟਰੱਕ ਵਾਲੇ ਨੇ ਕਰਮਚਾਰੀ ਤੇ ਟਰੱਕ ਹੀ ਚੜਾ ਦਿੱਤਾ ਤੇ ਇਹ ਖੌਫਨਾਕ ਘਟਨਾ ਵਾਪਰੀ ਹੈ ਬਹਿਰਾਮ ਟੋਲ ਪਲਾਜ਼ਾ ਤੇ। ਘਟਨਾ ਤੋਂ ਬਾਅਦ ਬਾਕੀ ਟੋਲ ਕਰਮਚਾਰੀਆਂ ਨੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਆਨੰਦ ਫਾਨੰਦ ਦੇ ਵਿੱਚ ਪੁਲਿਸ ਨੇ ਵਾਇਰਲੈਸ ਕਰਕੇ ਟਰੱਕ ਨੂੰ ਕਾਠਗੜ੍ਹ 'ਚ ਲੱਗੇ ਹਾਈਟੈਕ ਨਾਕੇ ਤੇ ਟਰੱਕ ਅਤੇ ਉਸਦੇ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਬਹਿਰਾਮ ਥਾਣੇ 'ਚ ਲਿਆਂਦਾ ਗਿਆ। ਹਾਲਾਂਕਿ ਪੁਲਿਸ ਇਸ ਮਾਮਲੇ 'ਚ ਅਜੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਉੱਥੇ ਦੂਜੇ ਪਾਸੇ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਪਰਿਵਾਰ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਮਾਪਿਆਂ ਨੇ ਆਪਣਾ 32 ਸਾਲਾਂ ਜਵਾਨ ਪੁੱਤ ਟਰੱਕ ਚਾਲਕ ਦੀ ਗਲਤੀ ਅਤੇ ਟੋਲ ਨਾ ਕਟਾਉਣ ਦੀ ਹਿੰਡ ਦੇ ਕਾਰਨ ਹਮੇਸ਼ਾ ਲਈ ਗਵਾ ਦਿੱਤਾ। ये मेरे पास में हमने नवंबर में आया था, नवंबर में पहले भी ये लड़का मेरे पास में काम करता था, नवंबर से जब कंपनी है तब से काम कर रहा था। ये हादसा कैसे हुआ? ये हादसा वो ट्रक वाला आया लाइन के अंदर और इस पे गाड़ी चढ़ा के चला गया। उसने टोल नहीं कटवाया? टोल नहीं कटवाया, इसी के कारण उस पर चढ़ दी गाड़ी। हाँ यही, ऐसे तो यही लग रहा अनुमान थे, वो उठा ही नहीं था गाड़ी, उस लड़के पे चढ़ा के ले गया गाड़ी में। सीसीटीवी में आ गया वो? हाँ आ गया वो। तो लड़के का नाम क्या था जो आपके पास काम? सुशील कुमार बांगर। सुशील कुमार बांगर, हाँ जी, बांगर बांगर बांगर। हाँ सर, मेरा नाम राजपाल कैंथ बंगा, तो ये जरा डेथ हुई है, मेरे भाणजे की डेथ हुई है जी। असी सारे परिवार ने सलाह करके अखां दान करन दे ਸਲਾਹ ਕੀਤੀ ਹੈਗੀ ਆ ਤਾਂ ਕਿ ਦੋ ਇਨਸਾਨਾਂ ਨੂੰ ਦੁਨੀਆ ਦਿਖਾ ਸਕੇ। ਇਹ ਤਾਂ ਹੁਣ ਸਾਡੇ ਵਾਸਤੇ ਚੱਲ ਗਿਆ ਸਦਾ ਲਈ, ਅਤੇ ਸਾਡੇ ਵਾਸਤੇ ਇਹ ਮਿੱਟੀ ਬਣ ਗਿਆ। ਹੁਣ ਅਸੀਂ ਕਹਿੰਦੇ ਵੀ ਉਹਦੀਆਂ ਅੱਖਾਂ ਦਾਨ ਕਰਕੇ ਅਤੇ ਦੋ ਇਨਸਾਨਾਂ ਨੂੰ ਦੁਨੀਆ ਦਿਖਾ ਸਕਦਾ ਹੈ। ਉਸ ਡਰਾਈਵਰ 'ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਹਾਦਸੇ ਨੂੰ ਅੰਜਾਮ ਦਿੱਤਾ? ਸਾਨੂੰ ਸਰ ਇਨਸਾਫ ਚਾਹੀਦਾ ਹੈਗਾ ਸਰ, ਕਿਉਂਕਿ ਉਹਨੇ ਹਿੱਟ ਐਂਡ ਰਨ ਕੀਤਾ, ਉਹਨੇ ਗੱਡੀ ਖੁਦ ਮਾਰਿਆ। ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ ਹੈ? ਪੁਲਿਸ ਨੂੰ ਜਾਣਕਾਰੀ ਦਿੱਤੀ, ਪੁਲਿਸ ਵਾਲਿਆਂ ਨੇ ਬੜੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਰੋਪੜ ਤੋਂ ਫੜ ਕੇ ਲੈ ਕੇ ਆਏ ਰੋਪੜ ਤੋਂ ਅੱਗੇ। ਸਰ ਕੀ ਨਾਂ ਤੁਹਾਡਾ? ਰੌਣਕੀ ਰਾਮ ਜੀ। ਮੇਰਾ ਕਿਹੜਾ ਪਿੰਡ ਹੈ? ਪਿੰਡ ਬੰਗਿਆ ਤੋਂ ਜੀ। ਕੀ ਕਾਰਨ ਹੋਇਆ ਜੀ ਤੁਸੀਂ ਜਿਹੜੇ ਥਾਣੇ ਆਏ ਹੋ? ਰਾਤ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਜੀ, ਟੂਲ ਪਲਾਜ਼ੇ 'ਤੇ ਟਰੱਕ ਵਾਲੇ ਨੇ ਬੇਟੇ ਉੱਤੇ ਟਰੱਕ ਚੜਾ ਦਿੱਤਾ, ਭੱਜ ਗਿਆ, ਜਿਹਨੂੰ ਰੋਪੜ ਲਾ ਕੇ ਫੜਿਆ ਗਿਆ ਅਤੇ ਵਾਪਸ ਇੱਥੇ ਲਿਆਂਦਾ ਗਿਆ ਟਰੱਕ, ਡਰਾਈਵਰ ਵੀ ਲਿਆਂਦਾ ਗਿਆ। ਬੇਟੇ ਦਾ ਨਾਮ ਕੀ ਹੈ? ਬੇਟੇ ਦਾ ਨਾਮ ਸੁਸ਼ੀਲ ਕੁਮਾਰ ਵਾ, ਵੈਸੇ ਪਲਾਜ਼ੇ 'ਤੇ ਇਹਨੂੰ ਬਿੱਲਾ ਬਿੱਲਾ ਸੱਤ। ਕਿਹੜੇ ਪਲਾਜ਼ੇ 'ਤੇ ਕੰਮ ਕਰ ਰਿਹਾ? ਬਹਿਰਾਮ ਪਲਾਜ਼ੇ 'ਤੇ। ਕਿੰਨੀ ਉਮਰ ਸੀ? ਉਮਰ 32 ਕੁ ਸਾਲ ਦੀ ਹੋਣੀ ਸੀ, ਵਿੱਚ ਛੱਡ
ਸਹੀ